ਕਿਉਂਕਿ ਸਾਨੂੰ ਲਾਂਭੇ ਬਹੁਤ ਆ ਤੁਹਾਡੇ ਸਿਰ, ਖੁਸ਼ੀ ਇੱਕ ਵੀ ਸੂਟ ਨੀ ਦੇਣਾ ਇਹਨਾਂ ਨੂੰ, ਠੀਕ ਹੈ? ਜਿੰਨੇ ਲੈ ਕੇ ਜਾਣਾ ਘਰੇ ਸੀਗਾ, ਦੋ ਕੁੜੀਆਂ ਇਕੱਠੀਆਂ ਹੋਈਆਂ ਨੀ ਤੇ ਬਾਜ਼ਾਰ ਗਈਆਂ ਨੇ, ਦੇਖ ਲੋ ਪਤਾ ਚੱਲੇ। ਓਏ ਅੱਖਾਂ ਚ ਨਾ ਮਾਰੋ, ਠੰਡੀ ਇੱਕ ਜੀਪ ਕਾਲੀ ਹੋਵੇ ਨੀ, ਸਪੀਡ 40 ਬੀਟ ਇੰਟੈਂਸ ਵਾਲੀ, ਫੇਰ ਕੰਮ ਸੈੱਟ ਆ। ਵੈਲਕਮ ਬੈਕ ਟੂ ਅਵਰ ਚੈਨਲ ਜੀ, ਮੈਂ ਪੰਜਾਬੀ ਰੇਡੀਓ ਤੇ ਮੈਂ ਤੁਹਾਡੇ ਦੋਸਤ ਸੁਨਮੀਤ ਸਿੰਘ, ਮੈਂ ਦਿਲਪ੍ਰੀਤ ਕੌਰ। ਅੱਜ ਦੀ ਵੀਡੀਓ ਆਪਾਂ ਦੇਖਣੀ ਹੈ ਪੰਜਾਬੀ ਟਰੈਵਲ ਕਪਲ ਦੀ, ਅਵੀਰਾ ਖਾਨ ਨਾਲ ਜਿਹਦਾ ਪਿਆ ਸੀ ਪੰਗਾ। ਅਵੀਰਾ ਖਾਨ ਨੇ ਕੀਤਾ ਸੀ ਪ੍ਰੈਂਕ, ਜਿਹੜਾ ਕਿ ਲੋਕਾਂ ਨੂੰ ਲੱਗਾ ਸੀ ਕਿ ਬਹੁਤ ਹੀ ਸੀਰੀਅਸ ਗੱਲ ਹੈ, ਤੇ ਦੇਖਦੇ ਹਾਂ ਕਿ ਅੱਜ ਉਹ ਜਿਹੜੇ ਪਹੁੰਚ ਗਏ ਅਵੀਰਾ ਖਾਨ ਦੇ ਕੋਲ, ਅਸੀਂ ਵੀ ਆਉਂਦੇ ਹਾਂ ਕਿ ਅਸੀਂ ਵੀ ਕੰਫਿਊਜ਼ ਹੋ ਗਏ ਸੀ ਉਹਨਾਂ ਤੋਂ, ਕਿ ਮੈਂ ਤਾਂ ਸੱਚੀ ਮੈਨੂੰ ਗੁੱਸਾ ਆ ਗਿਆ ਸੀ ਉਹਨਾਂ ਤੇ। ਮੈਂ ਮਤਲਬ ਆਪਣਾ ਆਰਾਮ ਨਾਲ ਮੈਂ ਨੈਟਫਲਿਕਸ ਚਲਾ ਰਿਹਾ ਸੀਗਾ ਤੇ ਮੈਨੂੰ ਅਚਾਨਕ ਸੁਣੋ ਸੁਣੋ ਗੱਲ ਸੁਣੋ ਗੱਲ ਸੁਣੋ, ਮੈਂ ਕਿਹਾ ਕੀ ਹੋਇਆ, ਕਹਿੰਦੇ ਆਹ ਹੋ ਗਿਆ। ਮੈਂ ਕਿਹਾ ਨਹੀਂ ਮਜ਼ਾਕ ਕਰਦੇ ਨੇ, ਮੈਂ ਹੀ ਕਿਹਾ ਸੀ ਨਾ, ਮੈਂ ਕਿਹਾ ਨਹੀਂ ਇਹ ਸਭ ਮਜ਼ਾਕ ਹੋਏਗਾ, ਕੁਛ ਨਹੀਂ ਹੋਏਗਾ। ਇਹ ਕਹਿੰਦੇ ਕੁਛ ਨਹੀਂ ਹੋਏਗਾ, ਮੈਂ ਕਿਹਾ ਉਹ ਵਿਚਾਰੀ ਉਹ ਭੋਲੀ ਜੀ ਨੂੰ ਮਿਲ ਕੇ ਕਿਉਂ ਨਹੀਂ ਗਏ, ਮੇਰੇ ਫਿਰ ਉਹ ਆਉਣ ਲੱਗ ਗਿਆ ਗੁੱਸਾ। ਸਹੀ ਹੈ, ਹਾਲਾਂਕਿ ਅਸੀਂ ਇਹ ਚੀਜ਼ਾਂ ਕਦੇ ਨਹੀਂ ਕੀਤੀਆਂ ਤੁਹਾਡੇ ਨਾਲ, ਠੀਕ ਹੈ, ਲੇਕਿਨ ਆਪਾਂ ਨੂੰ ਪਤਾ ਹੁੰਦਾ ਕਿ ਯੂਟਿਊਬਰ ਨੂੰ ਕਿ ਇਹ ਚੀਜ਼ਾਂ ਕੀਤੀਆਂ ਜਾਂਦੀਆਂ। ਚਲੋ ਐਨੀਵੇਜ਼, ਵੀਡੀਓ ਦੇਖਦੇ ਹਾਂ ਅੱਜ ਦੀ ਕਿਹੋ ਜਿਹੀ ਹੁੰਦੀ ਹੈ, ਆ ਜਾਓ। ਬਾਜ਼ਾਰ ਤੋਂ ਹੁਣ ਨਿਕਲੇ ਹਾਂ ਬਾਹਰ, ਅਤੇ ਇੱਥੇ ਜੀ ਕਹਿੰਦੇ ਜਿਹੜੀ ਫਰੂਟ ਚਾਟ ਹੁੰਦੀ ਆ ਉਹ ਬਹੁਤ ਜ਼ਿਆਦਾ ਮਸ਼ਹੂਰ ਹੈਗੀ, ਅਤੇ ਕਿਹੋ ਜਿਹੀ ਹੁੰਦੀ ਆ ਉਹ ਤੁਹਾਨੂੰ ਦਿਖਾਉਂਦੇ ਹਾਂ। ਇਹ ਤਾਂ ਪਤਾ ਨਹੀਂ ਕੀ ਬਣਾਇਆ ਹੈ, ਫਰੂਟ ਚਾਟ ਤਾਂ ਨਹੀਂ ਲੱਗਦੀ, ਆਹ ਸੀ ਅੱਛਾ ਕਰੀਮ ਵਾਲੀ ਫਰੂਟ ਚਾਟ ਹੁੰਦੀ ਆ। ਨਿਊਡਲ ਪਾ ਦਿੰਦੇ, ਵਿੱਚ ਆਲੂ ਪਾ ਦਿੰਦੇ, ਪਤਾ ਨੀ ਕੀ ਕੁਛ ਪਾ ਦਿੰਦੇ, ਤੇ ਉਹ ਆ ਗਿਆ ਤਿਆਰ ਹੋ ਗਿਆ ਨਦੀਮ ਸਾਹਿਬ, ਉਹ ਆ ਗਿਆ ਤਿਆਰ ਹੋ ਕੇ, ਫੜੋ ਮਾੜਾ ਜਿਹਾ ਦਿਖਾਓ। ਤੇ ਇਹ ਆ ਗਈ ਜੀ ਫਰੂਟ ਚਾਟ, ਇਹਨੂੰ ਕਹਿੰਦੇ ਆ ਫਰੂਟ ਚਾਟ, ਇਹ ਫਾਸਟ ਫੂਡ ਚਾਟ, ਇਹੋ ਜੀ ਹੁੰਦੀ ਆ। ਅੱਜ ਟੇਸਟ ਕਰਕੇ ਦੱਸਦੇ ਆ ਵੀ ਤੁਸੀਂ ਜਦੋਂ ਆਏ ਟਰਾਈ ਕਰ ਲਿਓ ਕਿ ਨਾ। ਪਾਸਤਾ ਹੋਰ, ਪਾਸਤਾ ਵੀ ਵਿੱਚ ਹੀ ਆ ਜੀ। ਕਿਵੇਂ ਦਾ ਲੱਗਿਆ ਰਿਪਰ, ਫਿਰ ਸਵਾਦ ਆ? ਆਪਾਂ ਵਾਈਟ ਪਾਸਤਾ ਤਾਂ ਖਾਂਦੇ ਆ ਚਲ, ਪਰ ਉਹ ਵੱਖਰਾ ਨਹੀਂ, ਮੈਨੂੰ ਨਹੀਂ ਸਵਾਦ ਲੱਗਿਆ, ਤੁਹਾਨੂੰ ਪਿਛਲੀ ਵਾਰੀ ਸਵਾਦ ਲੱਗਿਆ ਹੋਣਾ। ਅਸਲ 'ਚ ਥੋੜੀ ਜਿਹੀ ਮਿਰਚਾਂ ਹੀ, ਲਾਲ ਮਿਰਚਾਂ ਵੱਧ ਪਾਉਂਦੇ ਨੇ ਨਾ, ਆਪਾਂ ਹਰੀ ਮਿਰਚ ਵੱਧ ਖਾਂਦੇ ਆ ਤਾਂ ਕਰਕੇ ਨਾ। ਆ ਦੇਖੋ ਤੁਹਾਨੂੰ ਦਿਖਾਉਣੇ, ਦੇਖੋ ਇਧਰ ਤਾਂ ਕਰੀਮ, ਕਰੀਮ ਦੇ ਵਿੱਚ ਸੇਬ ਕੱਟ ਕੇ ਪਾਇਆ ਹੋਇਆ ਤੇ ਪਾਸਤਾ, ਇਧਰ ਫੇਰ ਵਿੱਚ ਕੁਕੰਬਰ, ਟਮਾਟਰ, ਪਤਾ ਨਹੀਂ ਕੀ ਕੁਛ ਕਰਿਆ ਫਿਰਦਾ ਹੈ ਨਾ। ਲਾਹੌਰੀ ਆ ਨਾ, ਮਿਰਚ ਬਹੁਤੀ ਖਾਂਦੇ ਆ, ਲੈਂਦੇ ਪੰਜਾਬ ਵਾਲੇ, ਘੱਟ ਮਿਰਚਾਂ ਖਾਇਆ ਕਰੋ, ਘੱਟ ਪਾਇਆ ਕਰੋ ਸਰਦਾਰਾਂ ਨੂੰ। ਹੁਣ ਅਸੀਂ ਚੱਲੇ ਆ ਜੀ ਲਾਹੌਰ ਦੀ ਲਿਬਰਟੀ ਮਾਰਕੀਟ, ਤੇ ਲਾਹੌਰ ਦੀ ਲਿਬਰਟੀ ਮਾਰਕੀਟ ਚ ਉੱਥੇ ਮਿਲਣਾ ਜੀ ਅਸੀਂ ਤੇ ਅਵੀਰਾ ਨੂੰ, ਤੇ ਉਹ ਤੋਂ ਬਾਅਦ ਚ ਫਿਰ ਘਰ ਨੂੰ ਜਾਣਾ, ਉੱਥੇ ਡ੍ਰੌਪ ਕਰ ਦੇਣਾ। ਹੁਣ ਹੈਂਡ ਓਵਰ ਨਦੀਮ ਸਾਹਿਬ ਨੇ ਅਵੀਰਾ ਨੂੰ ਕਰ ਦੇਣਾ ਹੈ। ਨਦੀਮ ਸਾਹਿਬ ਇਹਨਾਂ ਨੇ ਹੁਣ ਅਵੀਰਾ ਖਾਨ ਨੂੰ ਕਰ ਦੇਣਾ ਬਸ, ਇਹ ਜਿਵੇਂ ਤੁਹਾਨੂੰ ਸੌਂਪ ਰਹੇ। ਸਹੀ ਗੱਲ, ਤੇ ਇਹਨੂੰ ਲਿਬਰਟੀ ਮਾਰਕੀਟ ਬੋਲਦੇ ਹੁਣ ਜਿਹਦੇ ਚ ਅਸੀਂ ਐਂਟਰ ਹੋਏ ਆ। ਅਵੀਰਾ ਨੂੰ ਇੱਥੇ ਆਉਣ ਨੂੰ ਕਿਹਾ ਸੀ, ਦੇਖ ਲੋ, ਤੇ ਹਾਂਜੀ ਜਿੱਦਾਂ ਉਹਨੂੰ ਮੇਕਅਪ ਕਰਨ 'ਚ ਟਾਈਮ ਲੱਗ ਰਿਹਾ। ਹੁਣ ਕਹਿੰਦੇ ਮੈਂ ਫੁੱਲ, ਮੈਨੂੰ ਮੈਸੇਜ ਆਇਆ, ਕਹਿੰਦੇ ਮੈਂ ਖੁਸ਼ੀ ਮੈਨੂੰ ਮੈਸੇਜ ਪਤਾ ਕੀ ਹੈ, ਕਹਿੰਦੇ ਮੈਂ ਫੁੱਲ ਫਲ ਲੈ ਕੇ ਆਉਣੇ ਆ ਤੁਹਾਡੇ ਲਈ, ਕਹਿੰਦੇ ਮੈਨੂੰ ਥੋੜ੍ਹਾ ਜਿਹਾ 10 ਮਿੰਟ ਲੱਗਣਗੇ। ਮੈਂ ਕਹਿੰਦੇ ਅਸੀਂ ਚਾਹ ਪਾਣੀ ਪੀ ਲਈਏ, ਕੁਛ ਖਾ ਪੀ ਆਉਂਦੇ ਹਾਂ। ਮਾਰਕੀਟ ਦੇ ਵਿੱਚ ਇੱਥੇ ਛੋਟੀਆਂ ਛੋਟੀਆਂ ਦੁਕਾਨਾਂ ਬਣੀਆਂ ਤੇ ਇੱਥੇ ਹੁਣ ਅਸੀਂ ਚਾਹ ਪੀਂਦੇ ਹਾਂ, ਕੁਛ ਚਾਹ ਪੀਂਦੇ ਹਾਂ, ਸੂਪ ਪੀਂਦੇ ਹਾਂ,
ਸੂਪ ਦਾ ਮੌਸਮ ਆ। ਰਾਤ ਨੂੰ ਨਾ ਜਿਹੜਾ ਲਾਹੌਰ ਆ ਉਹ ਵੱਧ ਭਖਦਾ ਹੈਗਾ ਤੇ ਦਿਨੇ ਜਿਹੜਾ ਲਾਹੌਰ ਆ ਉਹ ਸੌਂਦਾ ਹੈਗਾ। ਇਹਨਾਂ ਦਾ ਪੁੱਠਾ ਟਾਈਮ ਆ ਲਾਹੌਰ ਦਾ, ਇਹ 12 ਵਜੇ 1 ਵਜੇ ਲਾਹੌਰ ਸੌਂਦਾ ਹੈਗਾ ਤੇ ਰਾਤ ਨੂੰ, ਦਿਨੇ ਇਹ 11 ਵਜੇ ਤੋਂ ਪਹਿਲਾਂ ਖੁੱਲਦਾ ਨਹੀਂ ਹੈਗਾ। ਸ਼ੁਕਰੀਆ ਜੀ। ਇਹ ਆ ਗਏ ਜੀ ਸੂਪ ਨਾਲ ਚਾਏ, ਸਰਦੀਆਂ ਦੀ ਸਭ ਤੋਂ ਵਧੀਆ ਖੁਰਾਕ ਹੈਗੀ ਇਹ ਸੂਪ ਹੁੰਦਾ ਜਿਹੜਾ, ਤੇ ਚਮਚਾ ਰਬੜ ਦਾ। ਚਲੋ ਕੋਈ ਇਹ ਲਾਹੌਰ ਚ ਤੁਰੇ ਫਿਰਦੇ ਫੈਨ ਮਿਲ ਜਾਂਦੇ ਆ। ਹਾਂਜੀ ਹੁਕਮ ਲਾਓ, ਕੀ ਕਹਿੰਦੇ ਹੋ? ਬਹੁਤ ਪਿਆਰੀਆਂ ਲੱਗਦੀਆਂ, ਧੰਨਵਾਦ ਯਾਰ ਭਰਾ, ਸ਼ੁਕਰੀਆ, ਮਿਹਰਬਾਨੀ। ਇਹ ਦੇਖ ਲੋ ਜੀ, ਹਾਂਜੀ ਇਹ ਸਾਰੇ ਦੇਖਦੇ ਆ, ਲੈ ਤੁਰੇ ਜਾਂਦੇ ਨਾ ਗਲੀਆਂ ਚ ਵੀ ਪਛਾਣ ਲੈਂਦੇ ਆ, ਸਾਰੇ ਦੇਖਦੇ ਆ, ਸਾਰੇ ਦੇਖਦੇ ਹੋ। ਲੇਟ ਆ ਪਾ ਰਹੇ ਹੁਣ, ਗਾਲਾਂ ਕੀ ਗਾਲਾਂ ਤੁਹਾਨੂੰ ਦੇਣ ਦਾ ਹੱਕ ਹੈ, ਹੁਣ ਅਸੀਂ ਤੁਹਾਨੂੰ 2-3 ਦਿਨ ਗਾਲਾਂ ਹੀ ਗਾਲਾਂ ਪਵਾਉਣੀਆਂ। ਪਹਿਲੇ ਵੀ ਇੱਕ ਵੀਡੀਓ ਚ ਦੱਸਤਾ ਸੀ ਵੀ ਰਿਪਨ ਖੁਸ਼ੀ ਬਹੁਤ ਝੂਠੇ ਆ, ਨਰਿੰਦਰ ਮੋਦੀ ਵਾਂਗੂ ਮਿੱਤਰੋ ਵੀ ਮਿਲ ਨਹੀਂ ਆਉਂਦੇ, ਪਤਾ ਨੀ ਕੀ ਕੀ ਕਿਹਾ ਹੁਣ ਆਪਣੇ ਐਤਕੀ ਆਪਣੇ ਉਹਦੇ ਨਾਲ ਹਿਸਾਬ ਨਾਲ। ਵੀਰਾ ਭੈਣ ਤੁਸੀਂ ਕਮੇਡੀ ਕਰਦੇ ਹੋ, ਮੈਨੂੰ ਲੱਗਦਾ ਹੀ ਨਹੀਂ ਵੀ ਲੋਕਾਂ ਨੇ ਸੱਚ ਮੰਨ ਕਿਵੇਂ ਲਿਆ ਯਾਰ। ਮੈਂ ਐਕਟਿੰਗ ਅੱਛੀ ਕੀਤੀ ਹੈ, ਦੇਖੋ ਐਡਾ ਪੱਕਾ ਮੂੰਹ ਬਣਾ ਕੇ ਗੱਲ ਕੀਤੀ ਆ, ਮਤਲਬ ਮੈਂ ਐਕਟਰ ਬਣ ਸਕਦੀ ਆ। ਦਿਲਜੀਤ ਨਾਲ ਗੱਲ ਕਰਦੇ ਸੀ ਤੁਸੀਂ, ਮੰਨ ਗਏ ਸੀ ਇਹਨਾਂ ਦੀ ਗੱਲ ਆ। ਖੜੇ ਆ ਜੀ ਹੁਣ ਤੁਹਾਡੇ ਸਾਹਮਣੇ ਜਿਹੜੇ ਜਿਹੜੇ ਕਹਿੰਦੇ ਸੀ ਅਵੀਰਾ ਨੂੰ ਨਹੀਂ ਮਿਲਦੇ, ਮੈਂ ਤਾਂ ਐ ਸਮਝਦਾ ਚੜ੍ਹਦੇ ਪਿਆਰ ਚ ਇੰਨੀ ਫੈਨ ਫੋਲੋਇੰਗ ਤੁਹਾਡੀ, ਚੜ੍ਹਦੇ ਪੰਜਾਬ ਚ ਕਹਿੰਦੇ ਜੀ ਉਹ ਵਿਚਾਰੀ ਰੋਈ ਜਾਂਦੀ ਆ, ਵਿਚਾਰੀ ਪਿੱਟੀ ਜਾਂਦੀ ਆ, ਤੁਸੀਂ ਪੰਜਾਬ ਦੀ ਬੇਇੱਜ਼ਤੀ ਕਰਾਤੀ। ਮੈਂ ਦੇਖਾਂ ਅੱਖਾਂ ਕਿੰਨੀਆਂ ਕੁ ਮੋਟੀਆਂ ਹੋ ਗਈਆਂ, ਸੁੱਜ ਗਈਆਂ ਅੱਖ। ਅੱਛਾ ਤੇ ਬਾਕੀ ਹਾਸਾ ਮਜ਼ਾਕ ਅਲੱਗ ਰਹਿ ਗਿਆ, ਤੇ ਹੁਣ ਅਸੀਂ ਇਹਨਾਂ ਕੋਲੇ ਪਹੁੰਚ ਗਏ ਤੇ ਇਹਨਾਂ ਦੇ ਕੋਲ ਹੀ ਰਹਿਣਾ ਹੁਣ ਅਗਲੇ ਜਿੰਨੇ ਦਿਨ ਹੁਣ ਅਸੀਂ ਜਾਂਦੇ ਨੇ ਹੁਣ ਤੁਹਾਡੇ ਕੋਲ ਹੀ ਆ। ਠੀਕ ਹੈ ਜੀ, ਹੁਣ ਦਾਦੇ ਮੰਗਾਉਣੇ ਆ, ਜਿੱਦਣ ਇਹ ਘਰੋਂ ਕੱਢ ਦੇਣਗੇ ਉਦੋਂ ਨਹੀਂ ਆਵਾਂਗੇ। ਸਹੀ ਹੈ ਨਾ ਗੱਲ? ਇਹ ਲਓ ਜੀ ਫੈਨ ਫੋਲੋਇੰਗ ਇੰਨੀ ਕੁ ਜ਼ਿਆਦਾ, ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਇੱਥੇ, ਇੰਨੀ ਚੜ੍ਹਾਈ। ਸਾਡੇ ਨਾਲ ਵੀ ਇੱਕ ਫੋਟੋ ਕਰਾ ਲਓ ਜੀ, ਸਾਡੇ ਨਾਲ ਕਰਾ ਲਓ ਫੋਟੋ, ਪੱਕੀ ਹੈ ਅਸੀਂ ਮਿਲਣਾ ਹੈ ਤੁਹਾਨੂੰ। ਅਲੀ ਸਾਹਿਬ ਸਾਡਾ ਸਮਾਨ ਵੀ ਟ੍ਰਾਂਸਫਰ ਕਰਨਾ, ਸਾਡੀ ਜ਼ਿੰਮੇਵਾਰੀ ਸੌਂਪ ਕੇ ਜਾਣੀ ਇਹਨਾਂ ਨੂੰ। ਅਲੀ ਸਾਹਿਬ ਵਿਦਾ ਕਰਨ ਚੱਲੇ ਹੋ, ਸਾਨੂੰ ਸਮਾਨ ਇੱਧਰ ਆ ਗਿਆ ਜੀ ਸਾਰਾ। ਅਬੀਰਾ ਨੂੰ ਗਿਫਟ ਕੋਈ ਨਹੀਂ ਦੇਣੇ ਖੁਸ਼ੀ, ਜਿੰਨੇ ਇਹਦੇ ਲੈ ਕੇ ਆਏ ਆਪਾਂ ਅਬੀਰਾ ਨੂੰ। ਨਹੀਂ ਮੈਂ ਇੱਕ ਵੀ ਨਹੀਂ ਦੇਣਾ ਜੀ, ਜਿਹੜੇ ਸੂਟ ਸਾਟ ਲਿਆਂਦੇ ਆ ਸਾਰੇ ਰੱਖ ਲੈਣੇ। ਅਮਰਸਰੋਂ ਲਿਆਂਦਾ। ਅੱਛਾ ਮੈਨੂੰ ਇੱਕ ਬੰਦਾ ਹੋਰ ਕਹਿੰਦਾ, ਕਹਿੰਦਾ ਜਿਹੜੇ ਵੀਰਾਂ ਲਈ ਗਿਫਟ ਲਿਆਂਦੇ ਕਹਿੰਦੇ ਮੈਨੂੰ ਦਿਖਾਓ। ਮੈਂ ਕਿਹਾ ਤੂੰ ਟਿੱਕਾ ਲੱਗਦਾ ਤੈਨੂੰ ਦਿਖਾਵਾਂ? ਕਹਿੰਦੇ ਹਰੇਕ ਚੀਜ਼ ਵੀਡੀਓ ਚ ਦਿਖਾਓ। ਲੈ ਵੀ ਜਿਹਨੂੰ ਦੇਣੇ ਉਹਨੂੰ ਦੇ ਦਾਂਗੇ, ਉਹਨੂੰ ਦਿਖਾ ਦਾਂਗੇ। ਸਹੀ ਹੈ, ਨਹੀਂ ਦਿਖਾਉਣੇ ਚਾਹੀਦੇ ਜੇ ਨਹੀਂ, ਜਿਹਨੂੰ ਆਪਾਂ ਦੇਣ ਜਾ ਰਹੇ ਉਸੇ ਨੂੰ ਦੇਣੇ ਚਾਹੀਦੇ। ਇਹਨਾਂ ਦੀ ਵੀਡੀਓ ਚ ਜਾ ਕੇ ਦੇਖ ਲਿਓ, ਨਾਲੇ ਪ੍ਰਮੋਸ਼ਨ ਕਰ ਲੈਂਦੇ ਆ ਨਾਲ ਨਾਲ। ਇਹ ਗਿਫਟ ਨੇ, ਆਹ ਦਿਖਾ ਦਿਓ ਬਾਹਰੋਂ ਬਾਹਰੋਂ, ਘਰੇ ਦੇਣੇ ਚੰਗੇ। ਜੇ ਫਲਾਵਰ ਮਿਲਣਗੇ
ਤਾਂ ਹੀ ਗਿਫਟ ਮਿਲਣਗੇ, ਇੰਨਾ ਯਾਦ ਰੱਖਿਓ। ਤੁਸੀਂ ਪਰੇਸ਼ਾਨ ਹੋ ਜਾਣਾ, ਫੁੱਲ ਕਿੱਥੋਂ ਡਿੱਗਣ ਦੇ। ਇਹ ਲਓ ਜੀ, ਖਾਲੂ ਜੀ ਨੂੰ ਦਈਏ ਅਲਵਿਦਾ ਹੁਣ। ਚੰਗਾ ਜੀ ਖਾਲੂ ਜੀ। ਅੱਛਾ ਜੀ, ਫਿਰ ਮਿਲਾਂਗੇ ਆਪਾਂ ਜ਼ਰੂਰ। ਠੀਕ ਹੈ, ਇਹ ਮਾਸੜ ਜੀ ਸਾਡੇ ਹੁਣ ਚੱਲਿਆ ਕਸੂਰ ਨੂੰ, ਪਿੰਡ ਨੂੰ, ਤੇ ਅਸੀਂ ਰਹਿਣਾ ਹੁਣ ਲਾਹੌਰ ਹੀ, ਤੇ ਅਗਲਾ ਜਿਵੇਂ ਪਲਾਨ ਹੋਊ, ਪ੍ਰੋਗਰਾਮ ਹੋਊ। ਵੈਸੇ ਤਾਂ ਇੱਕ ਦੋ ਦਿਨ ਲਾਹੌਰ ਘੁੰਮਣਾ, ਤੇ ਉਦੋਂ ਬਾਅਦ ਚ ਬਾਹਰ ਗੁਜਰਾਂਵਾਲੇ ਵੱਲ ਜਾਣਾ ਸੀ, ਉਧਰ ਹਿਸਟੋਰੀਕਲ ਥਾਂ ਨੇ, ਸਿਆਲਕੋਟ ਜਾਣਾ, ਗੁਜਰਾਂਵਾਲੇ ਜਾਣਾ, ਉਹ ਸਾਡਾ ਪਲਾਨ ਹੈ। ਇੱਕ ਨਾ ਇੱਕ ਦਿਨ ਕੱਢ ਕੇ ਜੀ ਦੁਬਾਰਾ ਫਿਰ ਮਿਲਾਂਗੇ ਜ਼ਰੂਰ ਜੀ, ਆਵਾਂਗੇ ਤੁਹਾਡੇ ਕੋਲ ਦੁਬਾਰਾ ਜ਼ਰੂਰ, ਫਿਰ ਮਿਲਾਂਗੇ। ਠੀਕ ਹੈ, ਚੰਗਾ ਜੀ ਜੀ, ਮਿਹਰਬਾਨੀ ਤੁਹਾਡੀ, ਸ਼ੁਕਰੀਆ, ਮੁਹੱਬਤ ਆ ਭਰਾ, ਫਿਰ ਮਿਲਾਂਗੇ। ਤਾਂ ਵਾਗੇ ਕੋਲ ਹੀ ਰਹਿੰਦੇ ਆ? ਹਾਂਜੀ ਹਾਂਜੀ, ਮੈਂ ਵਾਗੇ ਦੇਹਨ ਉੱਤੇ ਪਿੰਡ, ਵਾਗੇ ਦੇ ਉੱਤੇ ਪਿੰਡ ਨਿਆਲਾ ਲਲੋ। ਅੱਛਾ, ਕਿਹੜਾ ਪਿੰਡ ਹੈ? ਲਲੋ ਪਿੰਡ ਜੀ ਲਲੋ। ਠੀਕ ਹੈ ਜੀ, ਸਾਡੇ ਉਸ ਪਾਸੇ ਦੌਕੇ ਆ ਜੀ। ਅੱਛਾ, ਚੜ੍ਹਦੇ ਪੰਜਾਬ ਵੱਲ? ਚੜ੍ਹਦੇ ਪੰਜਾਬ ਵੱਲ। ਚਲੋ ਮਿਲਾਂਗੇ ਤੁਹਾਨੂੰ ਵੀ ਪਿੰਡ, ਮਿਲ ਕੇ ਜਾਵਾਂਗੇ ਜਾਂਦੇ ਹੋਏ। ਠੀਕ ਹੈ ਜੀ, ਜਾਣਾ ਘਰੇ ਸੀਗਾ, ਦੋ ਕੁੜੀਆਂ ਇਕੱਠੀਆਂ ਹੋਈਆਂ ਨੀ ਤੇ ਬਾਜ਼ਾਰ ਗਈਆਂ ਨੇ, ਦੇਖ ਲੋ ਤੇ ਦੇਖ ਲੋ ਬਾਜ਼ਾਰ ਚ ਆਉਣ ਸਾਰ ਨੀ ਉਹਨਾਂ ਦਾ ਬੱਚਾ ਅਜੇ ਕੋਈ। ਖੁਸ਼ੀ ਨੇ ਦੋ ਤਿੰਨ ਜੁੱਤੀਆਂ ਇੱਥੋਂ ਲੈ ਲਈਆਂ, ਇੱਥੇ ਤੋੜਦੀਆਂ। ਇੱਥੇ ਲਾਹੌਰ ਚ ਜੁੱਤੀਆਂ ਵਧੀਆ ਨੀ ਮਿਲਦੀਆਂ, ਇਹਦਾ ਮਤਲਬ ਇਹ ਆ ਖੁਸ਼ੀ। ਆਹ ਲੈ ਲੋ ਖੁਸ਼ੀ, ਖੁਸ਼ੀ ਲੱਗਾ ਜਿਵੇਂ ਮਾਲੇ। ਆਹ ਲੈ ਲੋ, ਆ ਬਸ ਲੈ ਲੋ ਜਾਂ ਖਾ ਲੋ, ਖਾਣੀਆਂ ਤੁਸੀਂ ਹੈ ਜਿਨ੍ਹਾਂ ਨੇ ਵੀਡੀਓ ਪਾਈ। ਵਾਰੀ ਵਾਰੀ ਮੈਂ ਫਿਰ ਕਹਿੰਦਾ ਖਾਣ, ਇਹ ਖਾਣ ਵਾਸਤੇ ਤੁਹਾਡੇ ਵਾਸਤੇ ਹੈ, ਲੈਣ ਵਾਸਤੇ ਨਾ ਯਾਦ ਕਰਾਓ ਸਾਨੂੰ। ਤੇ ਕਹਿੰਦੇ ਨਾ ਜਿਹੜਾ ਉਹ ਸੀਗਾ, ਮਤਲਬ ਇਹ ਕਹਿੰਦੇ ਵੀ ਗੁਸਤਾਖੀ ਹੋ ਗਈ, ਹੁਣ ਤੁਹਾਨੂੰ ਜੁੱਤੀਆਂ ਜਾਤੀਆਂ ਦਵਾ ਕੇ ਫਿਰ ਘਰੇ ਲੈ ਕੇ ਜਾਣਾ ਗਾ, ਭੜੋ ਲੈਣਾ ਆ, ਵਿੜਿਆ ਰਹੇ ਆ ਸਾਨੂੰ, ਅਸਲ ਚ ਚੀਜ਼ਾਂ ਦਵਾ ਦਵਾ, ਇਹ ਤਾਂ ਕਰਕੇ ਇੱਥੇ ਆਏ ਆ। ਲਓ ਜੀ, ਤੇ ਹੁਣ ਅਸੀਂ ਚੱਲੇ ਹਾਂ ਜੀ ਅਬੀਰਾ ਜੀ ਦੇ ਘਰ, ਤੇ ਨਾ ਕੋਈ ਚਾਹ ਪਾਣੀ ਦਾ ਨਾਮ ਪੁੱਛਿਆ, ਵੀ ਤੁਸੀਂ ਭੁੱਖੇ ਤਾਂ ਨਹੀਂ ਜਾਂ ਹੋਰ, ਬੰਦਾ ਵੈਸੇ ਤਾਂ ਪੁੱਛ ਹੀ ਲੈਂਦਾ, ਵੈਸੇ ਤਾਂ ਅਸੀਂ ਖਾ ਪੀ ਕੇ ਆਏ ਹਾਂ। ਤੇ ਜਿਹੜੀ ਲੱਸੀ ਹੁਣ ਘੋਲੀ ਹੈ ਸਾਡੀ, ਸਾਰਾ ਬਦਲਾ ਲਿਆ ਜਾ ਹਾਂਜੀ, ਲਾਹੌਰ ਚ ਹੀ ਰਹਿੰਦੇ ਆ ਇਹ। ਕਿੰਨੇ ਮਿੰਟ ਲੱਗਣੇ ਜੀ ਆਪਾਂ ਨੂੰ? 20 ਮਿੰਟ ਲੱਗਣੇ, 20 ਮਿੰਟਾਂ ਚ, ਬਾਕੀ ਲਾਹੌਰ ਦੀ ਟ੍ਰੈਫਿਕ ਤੇ ਨਿਰਭਰ ਕਰਦਾ, ਜੇ ਟ੍ਰੈਫਿਕ ਹੋ ਗਈ ਨੀ ਪਤਾ 1.5 ਘੰਟਾ ਲੱਗ ਜੇ। ਘਰ ਦੂਰ ਨੀ ਹੋ ਗਿਆ ਜ਼ਿਆਦਾ? ਪਹੁੰਚੀ ਨੀ ਹੈਗੇ, ਹਨੇਰਾ ਹੋ ਗਿਆ ਇੰਨਾ, ਮੈਨੂੰ ਤਾਂ ਇਹਨਾਂ ਦਾ ਲੱਗਦਾ ਨੀ ਅੱਜ ਇਰਾਦਾ ਘਰੇ ਲੈ ਕੇ ਜਾਣ ਦਾ। ਟ੍ਰੈਫਿਕ ਚੜੇ ਸੀ ਤਦ ਕਰਕੇ ਦੂਰ ਹੋ ਗਿਆ ਗੱਡੀ। ਲਾਹੌਰ ਦੀ ਟ੍ਰੈਫਿਕ ਦਾ ਤੁਹਾਨੂੰ ਦੱਸਿਆ ਸੀ, ਕਹਿੰਦੇ ਸੀ 20 ਮਿੰਟ ਲੱਗਣਗੇ, ਇਹਨੂੰ ਪਤਾ 1.5 ਘੰਟਾ ਲੱਗੇ। ਲਓ ਜੀ, ਅਸੀਂ ਪਹੁੰਚ ਗਏ ਇਹਨਾਂ ਦੇ ਘਰੇ, ਤੇ ਤਾਂ ਇੰਤਜ਼ਾਮ ਪੂਰਾ ਕਰ ਰੱਖਿਆ ਹੈਗਾ, ਫੁੱਲਾਂ ਦੀ ਵਰਖਾ ਹੋਣ ਵਾਲੀ ਆ ਮੈਨੂੰ ਲੱਗਦਾ। ਬੁੱਕੇ ਲੈ ਕੇ ਵੀ ਗਲੀ ਚ ਹੀ ਮੰਗਾ ਲਿਆ ਇਹਨਾਂ ਨੇ, ਕਿਹਾ ਘਰ ਵੜਨ ਤੋਂ ਪਹਿਲਾਂ ਵੀ ਫੁੱਲਾਂ ਨਾਲ ਅਰਜਾ ਦੇ। ਨਾਸਰ ਬਾਈ ਹੋਣੀ ਉਹ ਤਾਂ ਤੁਸੀਂ ਪੁਰਾਣੇ ਚੱਕ ਚੱਕ ਦੇ ਜਾਣ, ਖੁਸ਼ਬੂ ਆ ਰਹੀ ਹੈ ਇਹਨਾਂ ਨਾਲ, ਕੱਲ ਨੂੰ ਇੱਕ ਦੋ ਬੰਦੇ ਹੋਰ ਬਿਠਾ ਦੇ। ਸੋ ਇਹ ਸੀ ਆਪਣਾ ਅੱਜ ਦਾ ਵਲੌਗ, ਤੇ ਪਹੁੰਚ ਗਿਆ ਇਹਨਾਂ ਦੇ ਘਰ,
ਤੇ ਬਾਕੀ ਹੁਣ ਵਲੌਗ ਤੁਹਾਡੇ ਤੱਕ ਆਉਂਦੇ ਰਹਿਣਗੇ, ਦੇਖਦੇ ਆ ਕੀ ਘੁਮਾਉਂਦੇ ਆ। ਪਹਿਲਾਂ ਤਾਂ ਆਵਾਜ਼ਾਂ ਬਹੁਤ ਮਾਰਦੇ ਸੀਗੇ, ਛੇਤੀ ਆਓ ਛੇਤੀ ਆਓ, ਠੀਕ ਹੈ। ਹੁਣ ਜਿੰਨਾ ਟਾਈਮ ਵਗ ਗਏ ਤੇ ਧੱਕਾ ਲਾ ਕੇ ਕੱਢ ਕੇ ਨੀ ਹੁੰਦੇ, ਕਿੰਨੀ ਦੂਰ ਹੈ ਤੁਹਾਡੇ ਤੋਂ? ਸ਼ੋਪਿੰਗ ਵੀ ਕਰਨੀ ਹੈ, ਆਉਣ ਦਾ ਸਾਡਾ ਵਾਪਸ ਆਉਣ ਦਾ ਟਾਈਮ ਹੋ ਰਿਹਾ, ਥੋੜੇ ਜਿਹੇ ਦਿਨ ਹੋਰ ਹੈ। ਕੁਛ ਵੀਰਾਂ ਨੇ ਸਾਨੂੰ ਹਿਸਟੋਰੀਕਲ ਜਾਂ ਹੋਰ ਪਿੰਡ ਪੁੰਡ ਵੀ ਇਹਨਾਂ ਨੇ ਵੀ ਘੁਮਾਉਣੇ ਆ। ਆਪਦਾ ਕੋਟਾ ਹਰ ਬੰਦੇ ਨੇ ਰੱਖਿਆ ਹੁੰਦਾ ਨਾ ਵੀ ਇੰਨਾ ਕੁ ਮੈਂ ਘੁਮਾਉਣਾ, ਇਹਨਾਂ ਨੇ ਰੱਖਿਆ ਹੋਇਆ ਹੈਗਾ, ਠੀਕ ਹੈ। ਤੇ ਸੋ ਵਲੌਗ ਤੁਹਾਡੇ ਤੱਕ ਆਉਂਦੇ ਰਹਿਣਗੇ, ਹੁਣ ਇਹਨਾਂ ਦੇ ਨਾਲ ਜੁੜੇ ਰਹੋ ਆਪਣੇ ਸਫ਼ਰ ਨਾਲ। ਮਿਲਦੇ ਹਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ। ਗੁੱਡ ਬਾਏ, ਸਤਿ ਸ੍ਰੀ ਅਕਾਲ, ਕਿਹੜਾ ਬਰਾਕਾਤ ਹੈ, ਸਤਿ ਸ੍ਰੀ ਅਕਾਲ। ਸੋ ਗਾਈਜ਼, ਇਹ ਸੀਗੀ ਅੱਜ ਦੀ ਇੱਕ ਵੀਡੀਓ ਜਿਹਦੇ ਵਿੱਚ ਫਾਈਨਲੀ ਅਬੀਰਾ ਖਾਨ ਦੇ ਘਰ ਪਹੁੰਚ ਗਏ ਆ ਪੰਜਾਬੀ ਟਰੈਵਲ ਕਪਲ ਵਾਲੇ ਰਿਪਨ ਤੇ ਖੁਸ਼ੀ। ਬਾਕੀ ਵਲੌਗ ਜਿਹੜੇ ਸ਼ਾਇਦ ਅਪਲੋਡ ਹੋ ਰਹੇ ਹੈ, ਇਹ ਵਲੌਗ ਆਪਾਂ ਲੇਟ ਦੇਖ ਰਹੇ ਹਾਂ ਜੇ ਥੋੜ੍ਹਾ ਜਿਹਾ ਐਡ। ਇਹ ਪੂਰਾ ਵਲੌਗ ਜਿਨ੍ਹਾਂ ਨੇ ਦੇਖਣਾ ਜਾ ਕੇ ਨਾ, ਤੁਸੀਂ ਇਹਨਾਂ ਦੇ ਚੈਨਲ 'ਤੇ ਦੇਖ ਲਿਓ, ਓਰੀਜਨਲ ਲਿੰਕ ਮੈਂ ਦੇ ਰਿਹਾ ਡਿਸਕ੍ਰਿਪਸ਼ਨ ਦੇ ਵਿੱਚ, ਠੀਕ ਹੈ। ਕਿਉਂਕਿ ਆਪਾਂ ਮੇਨ ਪਾਰਟ ਇਹੀ ਦੇਖਣਾ ਸੀਗਾ, ਜਿੰਨਾ ਲੋਕਾਂ ਦੀ ਡਿਮਾਂਡ ਸੀਗੀ ਉਹ ਵੀਡੀਓ 'ਤੇ ਰਿਐਕਸ਼ਨ ਕਰੋ, ਹੈ ਨਾ। ਹਾਂਜੀ, ਹਜੇ ਮਤਲਬ ਇਹਨਾਂ ਦੀ ਹੋਰ ਮੈਂ ਵੀਡੀਓ ਵੇਖੀ ਸੀ, ਕੋਈ ਘਰ ਪਹੁੰਚ ਗਏ ਆ, ਹੈ ਨਾ, ਘਰ ਵੀ ਦਿਖਾ ਰਹੇ ਆ, ਬਾਹਰ ਖੜ੍ਹੇ ਆ, ਮਤਲਬ ਅੱਛਾ ਲੱਗ ਰਿਹਾ ਸੀ, ਗੇਟ ਵੀ ਦਿਖਾ ਰਹੇ ਸੀਗੇ। ਉਹ ਅਬੀਰਾ ਖਾਨ ਨੇ ਆਪਦੇ ਚੈਨਲ 'ਤੇ ਪਾਇਆ ਹੋਣਾ। ਅੱਛਾ, ਜਦੋਂ ਅੱਜ ਅਬੀਰਾ ਖਾਨ ਸਾਹਮਣੇ ਆਏ ਨਾ, ਸਬਸਕ੍ਰਾਈਬ ਕੀਤਾ ਹੋਇਆ ਉਹਨਾਂ, ਨਹੀਂ ਉਹਨਾਂ ਨੇ ਵੀ ਪਾਈ ਹੋਈ ਆ, ਤੇ ਉਹਨਾਂ ਨੇ ਵੀ, ਹਾਂ, ਉਹ ਨਾਲ ਨਾਲ ਹੀ ਵਲੌਗ ਚੱਲ ਰਿਹਾ ਹੁਣ। ਤੇ ਮੈਨੂੰ ਉਹਦੀ ਕਮੈਂਟ ਹੀ ਯਾਦ ਆ ਗਿਆ ਕਿ ਇਹਨਾਂ ਨੇ ਕਮੈਂਟ ਕੀਤਾ ਸੀ ਨਾ ਆਪਣੀ ਵੀਡੀਓ 'ਤੇ, ਪਤਾ ਨਹੀਂ ਕਮੈਂਟ ਕੀ ਕੀਤਾ ਸੀ, ਉਹ ਨਹੀਂ ਮੈਨੂੰ ਯਾਦ ਆਇਆ, ਪਰ ਹਾਂ ਵੀ ਕੋਈ ਕਮੈਂਟ ਇਹਨਾਂ ਨੇ ਜ਼ਰੂਰ ਕੀਤਾ ਸੀ ਆਪਣੀ ਵੀਡੀਓ 'ਤੇ ਨਾ, ਕੀਤਾ ਸੀਗਾ, ਪਤਾ ਨਹੀਂ ਉਹਨਾਂ ਨੂੰ ਮਿਸਅੰਡਰਸਟੈਂਡਿੰਗ ਹੋ ਗਈ ਸੀ। ਅੱਛਾ, ਕੁਛ ਇੱਦਾਂ ਦਾ ਹੋਇਆ ਸੀਗਾ। ਚਲੋ, ਮਤਲਬ ਸਾਰਿਆਂ ਨਾਲ ਹੀ ਪ੍ਰੈਂਕ ਪ੍ਰੂੰਕ ਲੱਗਦਾ ਉਹਨਾਂ ਦੇ, ਚੱਲਦੇ ਰਹਿੰਦੇ ਆ। ਅਤੇ ਐਨੀਵੇਜ਼, ਵੀਡੀਓ ਵਧੀਆ ਸੀਗੀ ਯਾਰ, ਤੁਹਾਨੂੰ ਕਿੱਦਾਂ ਲੱਗੀ ਸਾਨੂੰ ਥੱਲੇ ਕਮੈਂਟ ਕਰਕੇ ਦੱਸਿਓ। ਅਤੇ ਇੱਕ ਗੱਲ ਇੱਥੇ ਮੈਂ ਐਡ ਔਨ ਕਰਨਾ ਚਾਹੂੰਗਾ, ਆਪਾਂ ਜਿਹੜੇ ਆਪਣੇ ਪੋਡਕਾਸਟ ਚੱਲਦੇ ਪਏ ਆ, ਪਿੱਛੇ ਜੇ ਆਪਾਂ ਸੁਮੇਰ ਬਾਈ ਨਾਲ ਕੀਤਾ ਸੀਗਾ, ਫਿਰ ਰੈਪੋ ਪੁੱਠੀ ਟੱਪੀ ਗੈਂਗ ਵਾਲਾ ਬੰਦਾ ਉਹਦੇ ਨਾਲ ਕੀਤਾ ਹੋਇਆ ਨਾ, ਉਹ ਵੀ ਆਜੂਗਾ ਪੋਡਕਾਸਟ ਥੋੜ੍ਹੇ ਦਿਨਾਂ 'ਚ। ਅਸੀਂ ਉਹ 'ਚ ਵੀ ਇਹੀ ਗੱਲਾਂ ਕੀਤੀਆਂ ਕਿ ਜਿਹੜਾ ਉੱਧਰਲਾ ਪੰਜਾਬ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ, ਮਤਲਬ ਦੋਨਾਂ ਦੇ ਵਿੱਚ ਪਿਆਰ ਮੁਹੱਬਤ ਕਿਵੇਂ ਵਧੂਗਾ, ਉਹ ਇਹੋ ਜਿਹੀ ਚੀਜ਼ਾਂ ਕਰਕੇ ਹੀ ਹੈ ਕਿ ਇੱਧਰੋਂ ਲੋਕ ਉੱਧਰ ਗਏ ਅਤੇ ਉਹਨਾਂ ਨੇ ਕਿੱਦਾਂ ਵੈਲਕਮ ਕਰਦੇ ਆ, ਪਿਆਰ ਕਰਦੇ ਆ ਅਤੇ ਸਾਨੂੰ ਘੁਮਾਉਂਦੇ ਆ, ਹੈ ਨਾ। ਅਤੇ ਮੈਂ ਕਹਿੰਦਾ ਕਿ ਸਗੋਂ ਉਹ ਵੀ ਇੱਧਰ ਆਉਣ ਅਤੇ ਇੱਧਰਲੀ ਸਰਕਾਰ ਵੀ ਉਹਨਾਂ ਨੂੰ ਵੀਜ਼ੇ ਦੇਵੇ ਅਤੇ ਉਹ ਵੀ ਘੁੰਮਣ, ਉੱਧਰਲੇ ਯੂਟਿਊਬਰ ਆਉਣ, ਹਾਂਜੀ, ਅਤੇ ਅਸੀਂ ਉਹਨਾਂ ਨੂੰ ਘੁਮਾਵਾਂਗੇ ਫਿਰ। ਪਰ ਅਬੀਰਾ ਖਾਨ ਕਹਿ ਰਿਹਾ ਉਹ ਵੀ ਆਉਣਾ ਕਹਿੰਦੇ, ਹੈ ਨਾ। ਅੱਛਾ, ਮੈਂ ਉਹਨਾਂ ਦੇ ਵੀਲੌਗਸ ਵਗੈਰਾ ਵੇਖਦੀ ਹੁੰਦੀ ਹਾਂ। ਹਾਂ, ਨਹੀਂ ਹੋਏਗਾ, ਕਿਉਂਕਿ ਜਿਹੜਾ ਆਪਾਂ ਕੱਲ੍ਹ ਪੋਡਕਾਸਟ ਇੱਕ ਮੈਂ ਸ਼ੂਟ ਕੀਤਾ ਜਰਨੈਲ ਸਿੰਘ ਭਾਜੀ ਨਾਲ ਸਾਡੇ ਇੱਧਰਲੇ ਵਿਰਾਸਤ ਫਿਲਮਸ ਵਾਲੇ, ਅਤੇ ਉਹ ਬੰਬੂਘਾਟ 2 ਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ ਅਤੇ ਨਾਸਰ ਚਨਿਓਤੀ ਸਾਹਿਬ ਉਹਨਾਂ ਨੂੰ ਸ਼ਾਇਦ ਇੰਡੀਆ ਦਾ ਵੀਜ਼ਾ, ਉਹ ਕਹਿੰਦੇ ਅਸੀਂ ਦਵਾ ਦਾਂਗੇ, ਕੱਲ੍ਹ ਹੀ ਉਹਨਾਂ ਨਾਲ ਪੋਡਕਾਸਟ ਸ਼ੂਟ ਕੀਤਾ ਸੀਗਾ ਅਤੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਨਾਸਰ ਚਨਿਓਤੀ ਭਾਜੀ ਨੂੰ ਵੀਜ਼ਾ ਐਤਕੀ ਦਵਾਉਣਾ ਹੀ ਹੈ, ਜੋ ਮਰਜ਼ੀ ਹੋ ਜਾਵੇ, ਕਹਿੰਦੇ ਇੰਡੀਆ 'ਚ ਸ਼ੂਟ ਰੱਖਣੇ ਆ ਅਸੀਂ ਅਗਲੀਆਂ ਫਿਲਮਾਂ ਦੇ ਜਿਹੜੇ ਪਾਕਿਸਤਾਨੀ ਆਰਟਿਸਟ ਹੋਣਗੇ। ਸੋ ਹੌਲੀ ਹੌਲੀ ਇਹ ਜਦੋਂ ਕੰਮ ਖੁੱਲ੍ਹ ਗਿਆ ਨਾ ਹੋਰ, ਤਾਂ ਫਿਰ ਸੌਖਾ ਹੋ ਜਾਣਾ, ਫਿਰ ਤੁਸੀਂ ਉੱਧਰੋਂ ਆਇਓ ਅਤੇ ਅਸੀਂ ਘੁਮਾਵਾਂਗੇ ਤੁਹਾਨੂੰ। ਅਤੇ ਬਾਕੀ ਘੈਂਟ ਸੀ, ਮਜ਼ਾ ਆਇਆ ਇਹਦੀ ਵੀਡੀਓ ਦੇਖ ਕੇ ਨਾ। ਹਾਂਜੀ, ਔਰ ਅਬੀਰਾ ਖਾਨ ਉਹਨਾਂ ਦੀ ਮਤਲਬ ਵੀਡੀਓਜ਼ ਦੇਖ ਕੇ ਪਤਾ ਲੱਗਾ ਕਿ ਹਾਂ ਉਹ ਮੈਰਿਡ ਨੇ ਅਤੇ ਉਹਨਾਂ ਦਾ ਛੋਟਾ ਜਿਹਾ ਬੇਬੀ ਵੀ ਹੈ, ਬਹੁਤ ਪਿਆਰਾ। ਅੱਛਾ, ਮੈਰਿਡ ਨੇ? ਹਾਂਜੀ, ਆਪਣੀ ਵੀਡੀਓ ਥੱਲੇ ਕਮੈਂਟ ਕੁਛ ਇੱਦਾਂ ਦਾ ਹੀ ਆਇਆ ਸੀ ਕਿ ਅਨਮੈਰਿਡ ਹੈ ਨਾ? ਨਹੀਂ, ਮੈਰਿਡ ਨੇ, ਛੋਟਾ ਬੇਬੀ ਆ, ਸ਼ਾਇਦ 2 ਸਾਲ ਪਹਿਲਾਂ ਆਇਆ ਹੋਵੇ ਬੇਬੀ। ਅੱਛਾ, ਨਹੀਂ ਉਹ ਜਦੋਂ ਕਮੈਂਟ ਆਇਆ ਸੀ, ਹੋ ਸਕਦਾ ਉਦੋਂ ਅਨਮੈਰਿਡ ਹੀ ਹੋਣਾ। ਸਹੀ ਗੱਲ ਹੈ, ਜਾਂ ਫਿਰ ਹੋ ਸਕਦਾ ਉਹ ਵੀ ਪ੍ਰੈਂਕ ਹੋ ਗਿਆ ਹੋਵੇ ਸਾਡੇ ਨਾਲ ਵੀ, ਕੋਈ ਪਤਾ ਨਹੀਂ ਨਾ। ਅਤੇ ਬਾਕੀ ਇਹ ਸੀ ਅੱਜ ਦੀ ਵੀਡੀਓ, ਤੁਹਾਨੂੰ ਕਿੱਦਾਂ ਲੱਗੀ ਸਾਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਜਾਂ ਤੋਂ ਪਹਿਲਾਂ ਚੈਨਲ ਕਰ ਦਿਓ ਸਬਸਕ੍ਰਾਈਬ। ਮਿਲਦੇ ਹਾਂ ਕਿਸੇ ਹੋਰ ਵੀਡੀਓ, ਤਦ ਤੱਕ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।